1940 ਵਿੱਚ ਰੂਸ ਨੇ ਫੌਜ ਨਾਲ ਮਿਲ ਕੇ 5 ਕੈਦੀਆਂ 'ਤੇ ਰਸ਼ੀਅਨ ਸਲੀਪਿੰਗ ਐਕਸਪੈਰੀਮੈਂਟ ਕੀਤਾ ਸੀ। ਉਸ ਨੂੰ 30 ਦਿਨ ਬਿਨਾਂ ਸੌਂਦੇ ਇੱਕ ਕਮਰੇ ਵਿੱਚ ਰਹਿਣਾ ਪਿਆ। ਬਦਲੇ 'ਚ ਉਸ ਨੂੰ ਰਿਹਾਅ ਕੀਤਾ ਜਾਣਾ ਸੀ, ਪਰ ਇਹ ਪ੍ਰਯੋਗ ਇੰਨਾ ਖਤਰਨਾਕ ਸਾਬਤ ਹੋਇਆ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ। ਆਓ ਜਾਣਦੇ ਹਾਂ ਰੂਸ ਦੇ ਇਸ ਸਲੀਪਿੰਗ ਐਕਸਪੈਰੀਮੈਂਟ ਦੇ ਬਾਰੇ। ਦੋਸਤੋ, ਦੁਨੀਆ ਹਰ ਰੋਜ਼ ਨਵੀਆਂ ਕਾਢਾਂ ਕੱਢਦੀ ਹੈ। ਇਹ ਸਾਰੀਆਂ ਕਾਢਾਂ ਮਨੁੱਖ ਦੀ ਸਹੂਲਤ ਲਈ ਕੀਤੀਆਂ ਜਾਂਦੀਆਂ ਹਨ, ਪਰ ਜਾਨਵਰਾਂ ਨੂੰ ਅਕਸਰ ਉਹਨਾਂ ਦੇ ਪ੍ਰਯੋਗ ਲਈ ਪਹਿਲਾਂ ਚੁਣਿਆ ਜਾਂਦਾ ਹੈ। ਉਦਾਹਰਨ ਵਜੋਂ, ਜਦੋਂ ਕੋਰੋਨਾ ਵੈਕਸੀਨ ਬਣਾਈ ਗਈ ਸੀ ਤਾਂ ਇਸਦਾ ਸਭ ਤੋਂ ਪਹਿਲਾਂ ਪ੍ਰਯੋਗ ਚੂਹਿਆਂ ਅਤੇ ਬਾਂਦਰਾਂ ਉੱਤੇ ਕੀਤਾ ਗਿਆ ਸੀ। ਜਦੋਂ ਦੇਖਿਆ ਗਿਆ ਕਿ ਪ੍ਰਯੋਗ ਸਫਲ ਰਿਹਾ ਹੈ ਤਾਂ ਇਸ ਦੀ ਵਰਤੋਂ ਮਨੁੱਖ ਉੱਤੇ ਕੀਤੀ ਗਈ ਸੀ। ਅਜਿਹੇ ਕਈ ਹੋਰ ਪ੍ਰਯੋਗ ਵੀ ਹਨ, ਜਿਵੇਂ ਕੁੱਤੇ ਅਤੇ ਬਾਂਦਰਾਂ ਨੂੰ ਪੁਲਾੜ ਵਿੱਚ ਭੇਜਣਾ ਆਦਿ। ਇਹਨਾਂ ਤਜਰਬਿਆਂ ਵਿੱਚ ਹਮੇਸ਼ਾ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਜ਼ਰਾ ਕਲਪਨਾ ਕਰੋ ਕਿ ਉਦੋਂ ਕੀ ਹੁੰਦਾ ਹੈ ਜਦੋਂ ਪ੍ਰਯੋਗ ਲਈ ਸਿਰਫ ਇਨਸਾਨਾਂ ਨੂੰ ਹੀ ਚੁਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪ੍ਰਯੋਗ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਪ੍ਰਯੋਗ ਦੇ ਬਾਰੇ। ਦੋਸਤੋ, ਇਹ ਗੱਲ ਹੈ 1940 ਦੀ, ਜਦੋਂ ਦੁਨੀਆ ਵਿੱਚ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਸ ਨੂੰ ਲੈ ਕੇ ਦੁਨੀਆ ਕਾਫੀ ਤਣਾਅ ਵਿੱਚ ਚੱਲ ਰਹੀ ਸੀ। ਬਹੁਤ ਸਾਰੇ ਦੇਸ਼ ਆਪਣੇ ਦੁਸ਼ਮਣਾਂ ਨਾਲ ਲੜ ਲਈ ਜੰਗ ਦੇ ਲਈ ਮੈਦਾਨ ਵਿੱਚ ਸਨ। ਰੂਸ ਵੀ ਅਜਿਹਾ ਇੱਕ ਦੇਸ਼ ਸੀ। ਉਸ ਨੇ ਕਈ ਦੁਸ਼ਮਣ ਮੁਲਕਾਂ ਦੇ ਲੋਕਾਂ ਨੂੰ ਜੰਗ ਵਿੱਚ ਹਰਾਉਣ ਤੋਂ ਬਾਅਦ ਵੀ ਬੰਧਕ ਬਣਾ ਲਿਆ ਸੀ। ਉਸ ਸਮੇਂ ਕੁਝ ਰੂਸੀ ਵਿਗਿਆਨੀ ਫੌਜ ਦੇ ਨਾਲ ਮਿਲ ਕੇ ਇੱਕ ਖਾਸ ਚੀਜ਼ ਦੀ ਖੋਜ ਕਰ ਰਹੇ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਕੀ ਮਨੁੱਖ ਬਿਨਾਂ ਸੌਣ ਤੋਂ ਰਹਿ ਸਕਦਾ ਹੈ ਜਾਂ ਨਹੀਂ। ਉਹਨਾਂ ਦੇ ਇਸ ਤਜਰਬੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਸਾਡੇ ਸੈਨਿਕ ਇਸ ਵਿੱਚ ਲੜ ਰਹੇ ਹਨ, ਪਰ ਕੀ ਉਹ ਸੌਣ ਤੋਂ ਬਿਨਾਂ ਜੰਗ ਲੜ ਸਕਦੇ ਹਨ ਜਾਂ ਨਹੀਂ। ਰੂਸੀ ਵਿਗਿਆਨੀ ਨੇ ਇਸ ਬਾਰੇ ਖੋਜ ਸ਼ੁਰੂ ਕੀਤੀ। ਹੁਣ ਇਸ ਐਕਸਪੈਰੀਮੈਂਟ ਦਾ ਸਮਾਂ ਆ ਗਿਆ ਸੀ। ਵਿਗਿਆਨੀ ਨੇ ਸੋਚਿਆ ਕਿ ਉਹਨਾਂ ਕੈਦੀਆਂ 'ਤੇ ਐਕਸਪੈਰੀਮੈਂਟ ਕੀਤਾ ਜਾਵੇ। ਉਹਨਾਂ ਨੇ ਕੁਝ ਕੈਦੀਆਂ ਨੂੰ ਇਸ ਐਕਸਪੈਰੀਮੈਂਟ ਦਾ ਪ੍ਰਸਤਾਵ ਦਿੱਤਾ ਅਤੇ ਕਿਹਾ, ਜੇਕਰ ਤੁਸੀਂ 30 ਦਿਨ ਬਿਨਾਂ ਸੌਂਦੇ ਬਿਤਾਉਂਦੇ ਹੋ ਤਾਂ ਤੁਹਾਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਇਹਨਾਂ ਵਿੱਚੋਂ 5 ਕੈਦੀਆਂ ਨੇ ਇਹ ਸ਼ਰਤ ਮੰਨ ਲਈ। ਹੁਣ ਰਸ਼ੀਅਨ ਸਲੀਪਿੰਗ ਐਕਸਪੈਰੀਮੈਂਟ ਸ਼ੁਰੂ ਹੋ ਗਿਆ ਸੀ। ਇਸ ਐਕਸਪੈਰੀਮੈਂਟ ਵਿੱਚ ਇੱਕ ਚੈਂਬਰ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਕੈਦੀਆਂ ਨੂੰ ਰੱਖਿਆ ਜਾਣਾ ਸੀ। ਚੈਂਬਰ ਵਿੱਚ ਲੋੜੀਂਦੀ ਹਰ ਚੀਜ਼ ਮੌਜੂਦ ਸੀ ਅਤੇ ਉਹਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਥਾਂ ਥਾਂ 'ਤੇ ਸੁਰਾਖ ਰੱਖੇ ਗਏ ਸਨ। ਉਹ ਚੈਂਬਰ ਕੱਚ ਦਾ ਬਣਿਆ ਹੋਇਆ ਸੀ। ਉਸਦੇ ਸ਼ੀਸ਼ੇ ਰਾਹੀਂ ਕੋਈ ਬਾਹਰੋਂ ਤਾਂ ਅੰਦਰ ਦੇਖ ਸਕਦਾ ਸੀ, ਪਰ ਅੰਦਰੋਂ ਬਾਹਰ ਨਹੀਂ ਦੇਖਿਆ ਜਾ ਸਕਦਾ ਸੀ। ਫਿਰ ਕੈਦੀਆਂ ਨੂੰ ਕਮਰੇ ਵਿੱਚ ਭੇਜਿਆ ਗਿਆ ਅਤੇ ਇਸ ਨੂੰ ਬਾਹਰ ਤੋਂ ਤਾਲਾ ਲਗਾ ਦਿੱਤਾ ਗਿਆ। ਇਸ ਦੌਰਾਨ ਕੈਦੀਆਂ ਨੂੰ ਸੌਣ ਤੋਂ ਰੋਕਣ ਦੇ ਲਈ ਆਕਸੀਜਨ ਦੇ ਨਾਲ ਨਾਲ ਇੱਕ ਵਿਸ਼ੇਸ਼ ਕਿਸਮ ਦੀ ਗੈਸ ਵੀ ਛੱਡੀ ਜਾਂਦੀ ਸੀ, ਜਿਸ ਨਾਲ ਉਹ ਚਾਹੇ ਵੀ ਸੌ ਨਹੀਂ ਸਕਦੇ ਸਨ। ਕਮਰੇ ਦੇ ਅੰਦਰ ਮਾਈਕ੍ਰੋਫੋਨ ਵੀ ਲਗਾਏ ਗਏ ਸਨ ਤਾਂ ਜੋ ਵਿਗਿਆਨੀ ਉਹਨਾਂ ਦੀ ਹਰ ਗੱਲ ਸੁਣ ਸਕਣ। ਪਹਿਲਾ ਦਿਨ ਤਾਂ ਆਮ ਵਾਂਗ ਲੰਘਿਆ। ਹਰ ਕੋਈ ਖਾਣ ਪੀਣ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਸਮਾਂ ਬਿਤਾਉਂਦਾ ਸੀ। ਦੂਜਾ ਦਿਨ ਵੀ ਠੀਕ ਸੀ। ਤੀਜੇ ਦਿਨ ਕੈਦੀ ਥੋੜ੍ਹੇ ਥੱਕੇ ਜਾਪਦੇ ਸਨ, ਪਰ ਫਿਰ ਵੀ ਦਿਨ ਕਿਸੇ ਤਰੀਕੇ ਨਾਲ ਬੀਤ ਗਿਆ। ਚੌਥਾ ਦਿਨ ਉਹਨਾਂ ਦੀਆਂ ਅੱਖਾਂ ਵਿੱਚ ਨੀਂਦ ਆ ਗਈ, ਪਰ ਗੈਸ ਦੇ ਕਾਰਨ ਉਹ ਸੌ ਨਹੀਂ ਸਕਦੇ ਸਨ। ਪਰ ਪੰਜਵੇਂ ਦਿਨ ਵਿਗਿਆਨੀ ਨੇ ਨੋਟ ਕੀਤਾ ਕਿ ਕੈਦੀ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ, ਪਰ ਉਹ ਸਾਰੇ ਇੱਕੋ ਸਮੇਂ ਬੋਲ ਰਹੇ ਸਨ। ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ, ਦੂਜਿਆਂ ਦੀ ਗੱਲ ਨਹੀਂ ਸੁਣ ਰਿਹਾ ਸੀ। 6ਵੇਂ, 7ਵੇਂ ਅਤੇ 8ਵੇਂ ਦਿਨ ਕੈਦੀਆਂ ਦੀ ਹਾਲਤ ਵਿਗੜਨ ਲੱਗੀ। ਉਹ ਸੌਣ ਦੀ ਕੋਸ਼ਿਸ਼ ਵੀ ਕਰ ਰਹੇ ਸਨ, ਪਰ ਗੈਸ ਦੇ ਕਾਰਨ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ। ਪਰ 9ਵੇਂ ਦਿਨ ਇੱਕ ਖਤਰਨਾਕ ਚੀਜ਼ ਵਾਪਰਦੀ ਹੈ। 5 ਵਿੱਚੋਂ ਇੱਕ ਕੈਦੀ ਅਚਾਨਕ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੰਦਾ ਹੈ। ਬਾਹਰ ਬੈਠੇ ਵਿਗਿਆਨੀ ਇਹ ਸਭ ਦੇਖਦੇ ਹਨ, ਪਰ ਕਰਦੇ ਕੁਝ ਨਹੀਂ। ਹਾਲਾਂਕਿ ਉਸਦੀ ਚੀਕ ਉਹਨਾਂ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਹ ਇੰਨਾ ਉੱਚੀ ਚੀਕ ਰਿਹਾ ਹੈ ਕਿ ਇਸ ਨਾਲ ਕਿਸੇ ਦੇ ਵੀ ਕੰਨਾਂ ਦੇ ਪਰਦੇ ਫਟ ਸਕਦੇ ਹਨ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸਦੀਆਂ ਚੀਕਾਂ ਦੇ ਨਾਲ ਬਾਕੀ ਕੈਦੀਆਂ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ। ਉਹ ਚੁੱਪਚਾਪ ਬੈਠੇ ਸਨ। 3 ਘੰਟਿਆਂ ਬਾਅਦ ਕੈਦੀ ਦੀ ਆਵਾਜ਼ ਆਉਣੀ ਬੰਦ ਹੋ ਗਈ। ਉਹ ਚੀਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਦੀ ਆਵਾਜ਼ ਨਹੀਂ ਨਿਕਲ ਰਹੀ ਸੀ। ਫਿਰ 10ਵੇਂ ਦਿਨ ਜਦੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ, ਫਿਰ ਵੀ ਦਿਨ ਬੀਤਦੇ ਗਏ ਅਤੇ 13ਵੇਂ ਦਿਨ ਵਿਗਿਆਨੀ ਨੂੰ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਕਿ ਕੈਦੀਆਂ ਦੀ ਮੌਤ ਹੋ ਗਈ ਹੋਵੇ, ਕਿਉਂਕਿ ਉਹ ਕੁਝ ਨਹੀਂ ਕਰ ਰਹੇ ਸਨ। ਜਦੋਂ ਆਕਸੀਜਨ ਦਾ ਪੱਧਰ ਚੈੱਕ ਕੀਤਾ ਗਿਆ ਤਾਂ ਉਹ ਸਹੀ ਸੀ ਅਤੇ ਹਰ ਕੋਈ ਸਾਹ ਲੈ ਰਿਹਾ ਸੀ। ਫਿਰ ਵੀ ਵਿਗਿਆਨੀ ਨੂੰ ਸ਼ੱਕ ਹੋ ਗਿਆ ਅਤੇ ਉਹਨਾਂ ਨੇ ਸੋਚਿਆ ਕਿ ਇਸ ਐਕਸਪੈਰੀਮੈਂਟ ਨੂੰ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਹੈ। ਪਰ ਜਿਸ ਕਮਾਂਡਰ ਦੀ ਨਿਗਰਾਨੀ ਹੇਠ ਇਹ ਐਕਸਪੈਰੀਮੈਂਟ ਚੱਲ ਰਿਹਾ ਸੀ, ਉਹ ਇਸ ਲਈ ਤਿਆਰ ਨਹੀਂ ਸੀ ਅਤੇ ਉਸਨੇ ਇਸ ਐਕਸਪੈਰੀਮੈਂਟ ਨੂੰ ਜਾਰੀ ਰੱਖਣ ਲਈ ਕਿਹਾ।
ਦੋ ਦਿਨ ਹੋਰ ਲੰਘ ਗਏ। ਫਿਰ 15ਵੇਂ ਦਿਨ ਵਿਗਿਆਨੀ ਨੇ ਫੈਸਲਾ ਕੀਤਾ ਕਿ ਉਹ ਅੰਦਰ ਜਾ ਕੇ ਇੱਕ ਵਾਰ ਜਾਂਚ ਜ਼ਰੂਰ ਕਰਨਗੇ। ਉਹਨਾਂ ਨੇ ਕੈਦੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਅਸੀਂ ਅੰਦਰ ਆਵਾਂਗੇ ਤਾਂ ਤੁਸੀਂ ਸਾਰੇ ਦਰਵਾਜ਼ੇ ਤੋਂ ਦੂਰ ਰਹੋ, ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇਗੀ, ਜੇ ਤੁਸੀਂ ਦੂਰ ਰਹੋਗੇ ਅਸੀਂ ਤੁਹਾਨੂੰ ਆਜ਼ਾਦ ਕਰ ਦੇਵਾਂਗੇ। ਫਿਰ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਹੁਣ ਆਜ਼ਾਦ ਹਨ ਅਤੇ ਉਹਨਾਂ ਬੰਜਾਂ ਦਾ ਜਵਾਬ ਸੁਣ ਕੇ ਵਿਗਿਆਨੀ ਵੀ ਹੈਰਾਨ ਰਹਿ ਗਏ ਕਿਉਂਕਿ ਕੈਦੀਆਂ ਨੇ ਬਾਹਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ। ਤਾਂ ਵਿਗਿਆਨੀਆਂ ਨੇ ਦੇਖਿਆ ਕਿ ਫਰਸ਼ 'ਤੇ ਖੂਨ ਹੀ ਖੂਨ ਅਤੇ ਕੰਧਾਂ 'ਤੇ ਖੂਨ ਦੇ ਛਿੱਟੇ ਲੱਗੇ ਹੋਏ ਸਨ। ਕੁਝ ਕੈਦੀਆਂ ਦਾ ਮਾਸ ਗਾਇਬ ਸੀ ਅਤੇ ਹੱਡੀਆਂ ਵੀ ਬਾਹਰ ਆ ਗਈਆਂ ਸਨ। ਵਿਗਿਆਨੀਆਂ ਨੂੰ ਲੱਗਾ ਕਿ ਜਿਵੇਂ ਕੈਦੀਆਂ ਨੇ ਆਪਣਾ ਹੀ ਮਾਸ ਆਪ ਖਾ ਲਿਆ ਹੋਵੇ। ਇਹ ਦੇਖ ਕੇ ਵਿਗਿਆਨੀ ਬਾਹਰ ਆ ਗਏ। ਉਹਨਾਂ ਨੇ ਗੈਸ ਬੰਦ ਕਰ ਦਿੱਤੀ ਜਿਸ ਨਾਲ ਕੈਦੀਆਂ ਨੂੰ ਸੌਣ ਤੋਂ ਰੋਕਿਆ ਗਿਆ ਸੀ, ਪਰ ਜਿਵੇਂ ਹੀ ਉਹਨਾਂ ਨੇ ਗੈਸ ਬੰਦ ਕੀਤੀ ਤਾਂ ਇੱਕ ਕੈਦੀ ਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਵਿਗਿਆਨੀ ਨੇ ਅੰਤ ਵਿੱਚ ਇਸ ਐਕਸਪੈਰੀਮੈਂਟ ਨੂੰ ਰੋਕਣ ਦਾ ਫੈਸਲਾ ਕੀਤਾ ਤਾਂ ਜੋ ਬਾਕੀ ਚਾਰਾਂ ਨਾਲ ਕੁਝ ਗਲਤ ਨਾ ਹੋ ਜਾਵੇ, ਪਰ ਕਮਾਂਡਰ ਨੇ ਇੱਕ ਵਾਰ ਫਿਰ ਐਕਸਪੈਰੀਮੈਂਟ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਵਿਗਿਆਨੀਆਂ ਨੂੰ ਵੀ ਅੰਦਰ ਜਾਣਾ ਚਾਹੀਦਾ ਹੈ ਅਤੇ ਉਹਨਾਂ ਕੈਦੀਆਂ ਨਾਲ ਰਹਿਣਾ ਚਾਹੀਦਾ ਹੈ ਤਾਂ ਜੋ ਪ੍ਰਯੋਗ ਬਿਹਤਰ ਹੋ ਸਕੇ, ਪਰ ਵਿਗਿਆਨੀ ਸਹਿਮਤ ਨਹੀਂ ਹੋਏ ਅਤੇ ਉਹਨਾਂ ਵਿੱਚੋਂ ਇੱਕ ਨੇ ਕਮਾਂਡਰ ਨੂੰ ਗੋਲੀ ਮਾਰ ਦਿੱਤੀ। ਫਿਰ ਉਹਨਾਂ ਵਿੱਚੋਂ ਇੱਕ ਵਿਗਿਆਨੀ ਕਮਰੇ ਦੇ ਅੰਦਰ ਚਲਾ ਗਿਆ। ਉੱਥੇ ਦਾ ਨਜ਼ਾਰਾ ਦੇਖ ਕੇ ਉਹ ਬਹੁਤ ਡਰ ਗਿਆ ਕਿਉਂਕਿ ਕੈਦੀ ਬਹੁਤ ਅਜੀਬ ਕੰਮ ਕਰ ਰਹੇ ਸਨ। ਚਾਰੇ ਕੈਦੀਆਂ ਨੂੰ ਚੈਂਬਰ ਤੋਂ ਬਾਹਰ ਕੱਢ ਕੇ ਇਲਾਜ ਲਈ ਲਿਆਇਆ ਗਿਆ। 3 ਕੈਦੀਆਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਹੁਣ ਸਿਰਫ ਇੱਕ ਕੈਦੀ ਹੀ ਬਚਿਆ ਸੀ। ਉਸਦਾ ਇਲਾਜ ਕਰਵਾਉਣ ਤੋਂ ਬਾਅਦ 16ਵੇਂ ਦਿਨ ਉਸ ਨੂੰ ਵਾਪਸ ਚੈਂਬਰ ਵਿੱਚ ਪਾ ਦਿੱਤਾ ਗਿਆ ਕਿਉਂਕਿ ਉਹ ਉੱਥੇ ਜਾਣ ਦੀ ਜਿੱਦ ਕਰ ਰਿਹਾ ਸੀ। ਇੱਕ ਵਿਗਿਆਨੀ ਦੁਆਰਾ ਚੈਂਬਰ ਵਿੱਚ ਜਾਂਦਾ ਹੈ ਅਤੇ ਕੈਦੀ ਨੂੰ ਪੁੱਛਦਾ ਹੈ, ਤੂੰ ਕਿਵੇਂ ਮਹਿਸੂਸ ਕਰ ਰਿਹਾ ਹੈ? ਇਸ ਤੋਂ ਬਾਅਦ ਉਹ ਅਜੀਬ ਜਿਹੀਆਂ ਗੱਲਾਂ ਕਰਨ ਲੱਗ ਪਿਆ। ਇੰਝ ਲੱਗਦਾ ਸੀ ਜਿਵੇਂ ਕਿ ਉਹ ਇਨਸਾਨ ਨਹੀਂ ਸੀ, ਕੋਈ ਜਾਨਵਰ ਬਣ ਚੁੱਕਿਆ ਹੋਵੇ। ਦੀਆਂ ਗੱਲਾਂ ਸੁਣ ਕੇ ਵਿਗਿਆਨੀ ਡਰ ਗਿਆ ਅਤੇ ਉਸਨੇ ਉਸਨੂੰ ਮਾਰਨਾ ਹੀ ਬਿਹਤਰ ਸਮਝਿਆ। ਫਿਰ ਵਿਗਿਆਨੀ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਇਹ ਐਕਸਪੈਰੀਮੈਂਟ ਖਤਮ ਹੋ ਗਿਆ। 69 ਸਾਲਾਂ ਤੱਕ ਇਹ ਐਕਸਪੈਰੀਮੈਂਟ ਬਾਰੇ ਕੋਈ ਵੀ ਸੁਰਾਗ ਨਹੀਂ ਸੀ ਜਾਣਦਾ। ਫਿਰ 2009 ਵਿੱਚ ਕ੍ਰੀਪੀ ਪਾਸਟਾ ਨਾਮਕ ਦੀ ਇੱਕ ਵੈਬਸਾਈਟ 'ਤੇ ਇੱਕ ਲੇਖ ਲਿਖਿਆ ਗਿਆ ਅਤੇ ਇਹ ਐਕਸਪੈਰੀਮੈਂਟ ਦਾ ਜ਼ਿਕਰ ਕੀਤਾ ਗਿਆ। ਜਦੋਂ ਇਹ ਕਹਾਣੀ ਸਾਹਮਣੇ ਆਈ ਤਾਂ ਰੂਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਦੇਸ਼ ਵਿੱਚ ਅਜਿਹਾ ਕੋਈ ਵੀ ਐਕਸਪੈਰੀਮੈਂਟ ਨਹੀਂ ਕੀਤਾ ਗਿਆ ਸੀ। ਪਰ ਇਸ ਐਕਸਪੈਰੀਮੈਂਟ ਨੂੰ ਲੈ ਕੇ ਕਈ ਤੱਥ ਸਾਹਮਣੇ ਆਏ ਹਨ, ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਕ ਮਨਘੜਤ ਕਹਾਣੀ ਹੈ, ਪਰ ਇਸ ਬਾਰੇ ਬਹਿਸ ਅੱਜ ਤੱਕ ਚੱਲ ਰਹੀ ਹੈ।